ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਅਪਡੇਟ ਆ ਰਹੀ ਹੈ ਜੀ ਛੁੱਟੀ ਨੂੰ ਲੈ ਕੇ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਜੀ ਕਿਸੇ ਤਰੀਕ ਨੂੰ ਛੁੱਟੀ ਹੈ ਤੇ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਜੜੇ ਰਿਓ ਵੀਡੀਓ ਦੇ ਨਾਲ ਸਕਰੀਨ ਦੇ ਉੱਤੇ ਜੀ ਤੁਹਾਡੇ ਲੈਟਰ ਹੈ ਜੜੀ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਸੋ ਵਿੱਚ ਲਿਖਿਆ ਹੋਇਆ ਜੀ ਇਹ ਅੱਜ ਸੂਚਿਤ ਕੀਤਾ ਜਾਂਦਾ ਹੈ ਕਿ ਸ਼ਹੀਦੀ ਸਭਾ ਸ਼ਰੀਫ ਫਤਗਲ ਸਾਹਿਬ 2023 ਨੂੰ ਮੁੱਖ ਰੱਖਦੇ ਹੋਏ 28 12 2023 ਵੀਰਵਾਰ ਨੂੰ ਪੰਜਾਬ ਰਾਜ ਦੇ ਸਰਕਾਰੀ ਦਫਤਰਾਂ ਬੋਰਡਾਂ ਕਾਰਪੋਰੇਸ਼ਨਾਂ ਤੇ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਅਗਸਟੜ ਛੁੱਟੀ ਜੜੀਆ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਹ ਇਹ ਛੁੱਟੀ ਜੜੀਆ ਐਫ ਦੀ ਧਾਰਾ ਅੱਜ ਦੀ ਦੇ ਇੰਜਰੀਆ ਛੁੱਟੀ ਇਹ ਕੋਸ਼ਿਸ਼ ਦਿੱਤੀ ਗਈ ਹੈ ਤੇ ਇਹ ਜਿਹੜਾ ਖਤਰ ਹੈ ਜੂ ਅਖ ਵਖ ਡਿਪਾਰਟਮੈਂਟਾਂ ਨੂੰ ਵਖ ਵਖ ਵਿਭਾਗਾਂ ਨੂੰ ਜੜਾਇਆ ਇਹ ਪੇ ਜਗ੍ਹਾ ਆਏਗਾ ਤੇ 28 ਦਸੰਬਰ ਨੂੰ ਜਿਹੜਾ ਇਹ ਛੁੱਟੀ ਰਹੇਗੀ ਜੀ ਪੰਜਾਬ ਸਰਕਾਰ ਦੇ ਜਿੰਨੇ ਵੀ ਸਰਕਾਰੀ ਦਫ਼ਤਰ ਨੇ ਸਰਕਾਰੀ ਬੋਰਡ ਨੇ ਕਾਰਪੋਰੇਸ਼ਨ ਨੇ ਸਰਕਾਰੀ ਵਿਦਿਅਕ ਅਦਾਰੇ ਨੇ ਤੇ ਇਹ ਸਾਰੇ ਜਿਹੜੇ ਆ ਇੰਸਟੀਚਿਊਟ ਨੇ ਸਾਰੇ ਸਾਰੇ ਬੰਦ ਰਹਿਣਗੇ ਤੇ ਸ਼ਹੀਦੀ ਸਭਾ ਸ਼ਰੀਫਤਗੜ ਸਾਹਿਬ ਦਾ ਦੇ ਕਰਕੇ ਜਿਹੜਾ ਇਹ ਮੁੱਖ ਰੱਖਦੇ ਹੋਏ 28 12 2023 ਨੂੰ ਉਹ ਇਹਨਾਂ ਨੂੰ ਜਿਹੜੀ ਹੈ ਇਹ ਸਰਕਾਰੀ ਛੁੱਟੀ ਹੈ ਜਿਹੜੀ ਘੋਸ਼ਿਤ ਕੀਤੀ ਗਈ ਹੈ ਤੇ ਇਹ ਪੱਤਰ ਹੈ ਜਿਹੜਾ ਜਾਰੀ ਕੀਤਾ ਗਿਆ ਹੈ ਸੋ ਇਹ ਅਪਡੇਟ ਜਿਹੜਾ ਤੁਹਾਡੇ ਨਾਲ ਸਾਂਝਾ ਕਰਨੀ ਸੀ ਸੋ ਇਸੇ ਤਰ੍ਹਾਂ ਦੀ ਹੋਰ ਆਫਰਸ ਲਈ ਜੁੜੇ ਰਹੋ ਜਨਨ ਐਨਰਜੀ ਚੈਨਲ ਨੂੰ ਵਾਟੂਬ ਸਬਸਕ੍ਰਾਈਬ ਕਰ ਲੋ ਤਨੂੰ 아주 ਸ਼ੁਕਰੀਆ